ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਕੇਂਦਰ ਸਰਕਾਰ ਨੇ ਅਪ੍ਰੈਲ ਜੂਨ ਮਹੀਨੇ ਦੀਆਂ ਛੋਟੀ ਬੱਚਤ ਤੇ ਵਿਆਜ ਦਰ ਘਟਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਉਹ ਆਪਣੇ ਫੈਸਲੇ ਨੂੰ ਬਦਲਣ ਲਈ ਵਿਰੋਧੀ ਧਿਰ ਤੇ ਹਮਲੇ ਤੇ ਆ ਗਏ ਹਨ। ਸੀਤਾਰਮਨ ਨੇ ਕਿਹਾ ਕਿ ਇਹ ਫੈਸਲਾ ਗਲਤੀ ਨਾਲ ਲਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਤਾਰਮਨ ਨੂੰ ਨਿਸ਼ਾਨੇ ਤੇ ਲਿੱਤਾ। ਸੀਤਾਰਮਨ ਦੇ ਟਵੀਟ ਕੀਤਾ, ਭਾਰਤ ਸਰਕਾਰ ਦੀਆਂ ਛੋਟੀਆਂ ਬੱਚਤਾਂ ਸਕੀਮਾਂ ਦੀਆਂ ਵਿਆਜ ਦਰਾਂ ਉਹਨਾਂ ਦਰਾਂ ਤੇ ਰਹਿਣਗੀਆਂ ਜੋ 2020 ਤੇ 21 ਦੇ ਆਖਰੀ ਤਿਮਾਹੀ ਚ ਮੌਜੂਦ ਸਨ। ਨਿਗਰਾਨੀ ਕਾਰਨ ਜਾਰੀ ਕੀਤੇ ਗਏ ਆਦੇਸ਼ ਵਾਪਸ ਲੈ ਲਏ ਗਏ ਨੇ। ਇਸ ਤੋਂ ਪਹਿਲਾਂ ਆਏ ਇੱਕ ਫੈਸਲੇ ਵਿੱਚ ਵਿੱਤ ਮੰਤਰੀ ਨੇ ਵਿੱਤ ਸਾਲ ਦੀ ਪਹਿਲੀ ਤਿਮਾਹੀ ਲਈ ਛੋਟੀ ਬੱਚਤ ਦਰ ਵਿੱਚ 3.5% ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਜਨਵਰੀ ਮਾਰਚ ਦੌਰਾਨ ਬੱਚਤ ਦੀ ਦਰ ਸਾਲਾਨਾ 4% ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ਪੈਟਰੋਲ ਡੀਜ਼ਲ ਤੇ ਪਹਿਲਾਂ ਹੀ ਲੁੱਟ ਹੋ ਰਹੀ ਹੈ, ਇਸ ਵਾਰ ਚੋਣਾਂ ਖਤਮ ਹੋਣ ਤੇ ਦੁਬਾਰਾ ਵਿਆਜ ਘਟਾ ਕੇ ਮੱਧ ਵਰਗ ਦੇ ਬੱਚਤ ਲੁੱਟ ਲਈ ਜਾਵੇਗੀ। ਜੁਮਲੇ ਦੀ ਝੂਠ ਦੀ ਇਹ ਸਰਕਾਰ ਜਨਤਾ ਨੂੰ ਲੁੱਟਦੀ ਹੈ। ਪ੍ਰਿਯੰਕਾ ਗਾਂਧੀ ਨੇ ਲਿਖਿਆ ਕਿ ਸਰਕਾਰ ਨੇ ਆਮ ਲੋਕਾਂ ਦੀਆਂ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਜਦੋਂ ਅੱਜ ਸਵੇਰੇ ਸਰਕਾਰ ਉੱਠੀ ਤਾਂ ਪਤਾ ਲੱਗਿਆ ਕਿ ਇਹ ਤਾਂ ਚੋਣਾਂ ਦਾ ਸਮਾਂ। ਸਵੇਰੇ ਉੱਠਦੇ ਸਾਰ ਹੀ ਦੇਸ਼ ਓਵਰਸਾਈਟ ਤੇ ਚਲਾ ਗਿਆ। ਅਸਲ 'ਚ ਸਰਕਾਰ ਅਜਿਹੇ ਸਮੇਂ ਵਿੱਚ ਆਦੇਸ਼ ਵਾਪਸ ਲੈ ਰਹੀ ਹੈ ਜਦੋਂ ਪੱਛਮੀ ਬੰਗਾਲ ਵਿੱਚ ਤੇ ਅਸਾਮ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀ ਵੋਟਿੰਗ ਦਾ ਦੂਸਰਾ ਦੌਰ ਚੱਲ ਰਿਹਾ ਹੈ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਦੇਖਣੀ ਸੁਣੀਆਂ ਪੜ੍ਹਨੀਆਂ ਤਾਂ ਬਣਿਆ ਰਹੋ ਆਰਨਿਊਜ਼ਵਾਲਾ.com ਦੇ ਨਾਲ।